अज नरात्यां दा अखीरला दिन होण कारण जोतां जगाईआं सी घर विच। मेरी घर वाली आखण लगी, असी कंजकां देणियां, हुण अपने घर तां देवी माता दी कृपा नाल तीन मुंडे पैदा होए ने, जाओ जाओ गुआंढ विच होणियां तीआं, लियाओ आवाज़ मार के। मैं चुप कीता, चल गया गुआंढ, एक घर, दूजा घर, तीजा घर, इस तरह 6-7, 8-10 घर फिरे, किधरे भी कोई कंजक नज़र नहीं आई। फिर मैनू किसी ने कहा, रुलदू दे घर जा। मैं रुलदू दे घर गया, आवाज मारी, ओ रुलदा सिया, घरे है? आओ जी, जी आया नू लाला जी, अज किदा आने होए? रुलदा सिया, अपनिया गुड़िया नजर नहीं आउंदिया, किथे गईया? हो जी, अज कंजका सी ना, इसलिए सवेर दा कोई ना कोई मेरी धीआ नू अपने घरों करी ले जा रहा, ते मैं भी मना नहीं किता किसी नू, आखर धीआ तां सब दीआं सांझीआं हुंदीआं ने। अच्छा रुलदा सिया, तेरी घरवाली ने कंजकां दी पूजा कर ली? रुलदा एकदम बोलिया, लाला जी, मेरा तां विआह ही नहीं होया, फिर घरवाली कित्थों आउणी है? मैं कहा, रुलदा सिया, जे विआह नहीं होया तां आ इन्नियां धीआं कित्थों आईआं जो तेरे घर रहिंदीआं ने? रुलदे दा जवाब सुन के मैं हैरान रह गया, लाला जी, ए सब ओ धीआं ने जो मैनू कोई सड़क किनारे, कोई मंदिर, कोई गुरद्वारे ते कोई कूड़े दे ढेर ते मिली, इन्हां नू किते कुत्ते ना नोच नोच के खा लैण, इसलिए मैं इन्हां नू घर ले आया सी। बस हुण ए सब मेरियां ही धीआं ने, ते ओ वेखो, ओ देखो जो वड्डी तुरी आउंदी है ना, ਇਹ ਮੈਨੂੰ ਤਲਾਬ ਵਾਲੇ ਮੰਦਰ ਪਿੱਛੋਂ ਮਿਲੀ ਸੀ। ਜਦ ਰੁਲਦੇ ਦੀ ਇੰਨੀ ਗੱਲ ਸੁਣੀ ਤਾਂ ਮੇਰੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਮੈਂ ਦੱਬੇ ਪੈਰੀ ਘਰ ਵਾਪਸ ਆ ਗਿਆ। ਘਰ ਆ ਕੇ ਸਾਰੀ ਗੱਲ ਆਪਣੀ ਘਰਵਾਲੀ ਨੂੰ ਦੱਸੀ। ਅਸੀਂ ਦੋਵੇਂ ਪੁੱਬਾ ਮਾਰ ਮਾਰ ਰੋਏ। ਅੱਜ ਤੋਂ 5 ਸਾਲ ਪਹਿਲਾਂ ਜੋ ਸਾਡੇ ਘਰ ਕੁੜੀ ਪੈਦਾ ਹੋਈ ਸੀ ਤਾਂ ਅਸੀਂ ਉਹ ਲਿਫਾਫੇ ਵਿੱਚ ਬੰਨ੍ਹ ਕੇ ਤਲਾਬ ਵਾਲੇ ਮੰਦਰ ਦੇ ਪਿੱਛੇ ਸੁੱਟ ਆਏ ਸੀ। ਹੁਣ ਜੋ ਸਭ ਤੋਂ ਵੱਡੀ ਧੀ ਰੁਲਦੇ ਕੋਲ ਸੀ ਉਹ ਕੋਈ ਹੋਰ ਨਹੀਂ, ਸਾਡੀ ਆਪਣੀ ਧੀ ਸੀ। ਸਾਡੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਵੀ ਨਹੀਂ ਸੀ। ਮੈਨੂੰ ਉਸੇ ਵੇਲੇ ਇਹ ਜੋਤਾਂ ਪੂਜਾ ਸਭ ਬੇਕਾਰ ਲੱਗੀ, ਕਿਉਂਕਿ ਆਪਣੀ ਦੇਵੀ ਵਰਗੀ ਧੀ ਸੁੱਟ ਹੋਰ ਦੇਵੀ ਨੂੰ ਪੂਜਣਾ ਮੇਰੇ ਲਈ ਲਾਨਤ ਸੀ, ਹੋਰ ਕੁਝ ਵੀ ਨਹੀਂ, ਹੋਰ ਕੁਝ ਵੀ ਨਹੀਂ। ਕਿਸੇ ਨੇ ਸੱਚ ਹੀ ਕਿਹਾ, ਰੱਬ ਧੀ ਵੀ ਉਸ ਕਰ ਦਿੰਦਾ ਜਿਨ੍ਹਾਂ ਦੀ ਔਕਾਤ ਧੀ ਪਾਲਣ ਦੀ ਹੋਵੇ। ਵਾਕਈ ਬਹੁਤ ਹੀ ਸੋਹਣੀ ਕਹਾਣੀ। ਕਹਾਣੀ ਦਾ ਟਾਈਟਲ ਸੀ ਕੰਜਕਾਂ, ਅਤੇ ਅਖੀਰਲੀ ਬਹੁਤ ਹੀ ਸੋਹਣੀ ਲਾਈਨ ਕਿ ਕਿਸੇ ਨੇ ਸੱਚ ਹੀ ਕਿਹਾ, ਰੱਬ ਧੀ ਵੀ ਉਸ ਕਰ ਦਿੰਦਾ ਹੈ ਜਿਨ੍ਹਾਂ ਦੀ ਔਕਾਤ ਧੀ ਪਾਲਣ ਦੀ ਹੋਵੇ। ਸੋ ਜ਼ਰੂਰ ਸਾਨੂੰ ਸਮਾਜ ਦੇ ਇਸ ਪਹਿਲੂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ, ਜਾਗਰੂਕਤਾ, ਅਵੇਅਰਨੈਸ ਹੋਣੀ ਚਾਹੀਦੀ। ਅੱਜ ਦੇ ਸਮੇਂ ਵਿੱਚ ਧੀਆਂ ਵੀ ਜੋ ਹੈ ਪੁੱਤਾਂ ਤੋਂ ਘੱਟ ਨਹੀਂ ਹਨ। ਧੀਆਂ ਨੂੰ ਉਹਨਾਂ ਦਾ ਬਣਦਾ ਮਾਣ ਦੇਣਾ ਚਾਹੀਦਾ ਹੈ, ਜਿਸ ਜ਼ਿੰਦਗੀ ਦੀਆਂ ਹੱਕਦਾਰ ਨੇ ਉਹ ਉਹਨਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਅਤੇ ਉਮੀਦ ਕਰਦੀ ਹਾਂ ਕਿ ਅੱਛੀ ਅੱਛੀ ਕਹਾਣੀਆਂ, ਜਦੋਂ ਅਸੀਂ ਇਸ ਤਰੀਕੇ ਦੀਆਂ ਚੀਜ਼ਾਂ ਅਗਰ ਆਪਣੀ ਸੁਸਾਇਟੀ ਵਿੱਚ ਲੈ ਕੇ ਆਵਾਂਗੇ ਤਾਂ ਜ਼ਰੂਰ ਕਿਤੇ ਕਿਤੇ 0.1%, 2%, 3% ਥੋੜ੍ਹਾ ਜਿਹਾ ਵੀ ਕਿਤੇ ਅਸਰ ਹੋਣਾ ਸ਼ੁਰੂ ਹੋਏਗਾ ਤਾਂ ਸਾਡੇ ਲਈ ਬਹੁਤ ਇੱਕ ਧੰਨਵਾਦ ਦੀ ਗੱਲ ਹੋਏਗੀ ਉਹਨਾਂ ਸਾਰਿਆਂ ਦੀ ਜੋ ਸਾਨੂੰ ਅੱਛੇ ਅੱਛੇ ਟੋਪਿਕਸ ਲਿਖ ਕੇ ਦਿੰਦੇ ਨੇ। ਨਵਨੀਤ ਸਿੰਘ ਧਾਰੀਵਾਲ, ਬਹੁਤ ਹੀ ਵਧੀਆ ਮੈਸੇਜ ਇਸ ਕਹਾਣੀ ਦੇ ਵਿੱਚ। ਇਸ ਤੋਂ ਪਹਿਲਾਂ ਵੀ ਅਸੀਂ ਇਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਪਾਈਆਂ ਨੇ, ਮੈਂ ਆਪਣੇ ਯੂਟਿਊਬ ਚੈਨਲ 'ਤੇ ਵੀ, ਅਸੀਂ ਨਿਰਪੱਖ ਪੋਸਟ 'ਤੇ ਵੀ ਪਾਉਂਦੇ ਹਾਂ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਕਹਾਣੀਆਂ ਸੁਣਦੇ ਹੋ ਅਤੇ ਸ਼ੇਅਰ ਕਰਦੇ ਹੋ। ਅਤੇ ਜੇ ਅੱਜ ਦੀ ਕਹਾਣੀ ਵੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਵੀ ਦੱਸਣਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ ਯੂਟਿਊਬ 'ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ 'ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।